ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੇਹਾ ਦਾ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਕੈਨੇਡਾ ਸਟੱਡੀ ਵੀਜ਼ੇ ਦੀਆਂ ਲੇਟੈਸਟ ਅਪਡੇਟਸ ਲੈ ਕੇ। ਸੋ ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੇਟੈਸਟ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ। ਸੋ ਕੈਨੇਡਾ ਦੀ ਗੱਲ ਕਰੀਏ, ਸਟੂਡੈਂਟਸ ਲਈ ਇੱਕ ਹੋਰ ਬੈਨੀਫਿਟ ਹੈਗਾ, ਉਹਨੇ ਬਹੁਤ ਹੀ ਵਧੀਆ ਸਲਿਊਸ਼ਨ ਕੱਢ ਲਿਆ ਵਾ ਕਿ ਹੁਣ ਉਹ ਕੈਪ 'ਤੇ ਲਿਮਿਟ ਨਹੀਂ ਲਗਾਏਗਾ। ਮੀਨਸ ਕਿ ਪਹਿਲੇ ਉਹ ਕਹਿ ਰਿਹਾ ਸੀਗਾ ਕਿ ਸ਼ਾਇਦ ਉਹ ਇੱਕ ਕੈਪ ਲੌਕ ਲਾ ਦੇਗਾ ਕਿ ਇੱਕ ਲਿਮਿਟ ਲਗਾ ਦੇਗਾ ਸਟੂਡੈਂਟਸ ਵਾਸਤੇ ਸਟੱਡੀ ਵੀਜ਼ੇ ਦੀ, ਬਟ ਹੁਣ ਉਹ ਇੱਦਾਂ ਬਿਲਕੁਲ ਨਹੀਂ ਕਰ ਰਿਹਾ। ਬਟ ਉਹਦੀ ਜਗ੍ਹਾ ਹੁਣ ਇੱਕ ਉਹ ਜਿਹੜੀ ਟਰਸਟਡ ਇੰਸਟੀਟਿਊਟ ਦੀ ਲਿਸਟ 'ਤੇ ਵਰਕ ਕਰ ਰਿਹਾ ਵਾ, ਉਹਦੇ ਵਿੱਚ ਸਟੂਡੈਂਟਸ ਲਈ ਬਹੁਤ ਬੈਨੀਫਿਟ ਹੈਗੇ ਆ। ਸੋ ਉਹਦੇ ਲਈ ਉਹਨੇ ਕੁਛ ਰੂਲਸ ਕਹਿ ਲਓ ਕਿ ਕਿਹਾ ਵਾ ਕਿ ਉਸ ਇੰਸਟੀਟਿਊਟਸ ਨੂੰ ਫੋਲੋ ਕਰਨੇ ਪੈਣਗੇ, ਉਹ ਟੋਟਲੀ ਸਟੂਡੈਂਟ ਦੇ ਬੈਨੀਫਿਟ ਦੇ ਵਿੱਚ ਆ। ਪਹਿਲਾਂ ਕਿ ਉਹਨਾਂ ਨੂੰ, ਕਿਉਂਕਿ ਐਵਰੀਬਡੀ ਨੋਜ਼ ਕਿ ਕੈਨੇਡਾ ਦੇ ਵਿੱਚ ਜਿਹੜਾ ਹਾਊਸਿੰਗ ਨੂੰ ਲੈ ਕੇ ਬਹੁਤ ਕ੍ਰਾਈਸਿਸ ਹੈਗੇ ਆ, ਸੋ ਕੈਨੇਡਾ ਚਾਹੁੰਦੀ ਆ ਕਿ ਜਿਹੜਾ ਸਟੂਡੈਂਟ ਉਹਨਾਂ ਦੇ ਕੰਟਰੀ ਦੇ ਵਿੱਚ ਆਵੇ ਉਹ ਸਫ਼ਰ ਨਾ ਕਰੇ। ਸੋ ਉਹਨਾਂ ਨੇ ਜਿਹੜੀਆਂ ਵੀ ਇੰਸਟੀਟਿਊਟ ਲਿਸਟ ਇਸ਼ੂ ਕਰਨੀ ਆ ਉਹਦੇ ਲਈ ਉਹਨਾਂ ਨੂੰ ਸਪੈਸ਼ਲੀ ਇੰਸਟਰਕਸ਼ਨ ਦਿੱਤੀ ਆ ਕਿ ਉਹ ਕੋਸ਼ਿਸ਼ ਕਰਨ ਕਿ ਬੱਚਿਆਂ ਨੂੰ ਅਕੋਮੋਡੇਸ਼ਨ ਔਨ ਕੈਂਪਸ ਹੀ ਮਿਲੇ। ਐਂਡ ਸੈਕਿੰਡ, ਉਹਨਾਂ ਦੇ ਕੋਰਸ 'ਤੇ ਬਹੁਤ ਵਰਕ ਕਰ ਰਿਹਾ ਤਾਂ ਕਿ ਉਹ ਉੱਥੋਂ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਜੋਬਸ ਅੱਛੀਆਂ ਹੋਣ ਕਿ ਉਹ ਆਪਣੀ ਹਾਊਸਿੰਗ ਲਈ ਉਹਨਾਂ ਨੂੰ ਖੁਦ ਹੀ ਉਹ ਕੈਪੇਬਲ ਹੋ ਜਾਣ। ਐਂਡ ਥਰਡ, ਇਸ ਸਲਿਊਸ਼ਨ ਦੇ ਨਾਲ ਜਿਹੜਾ ਸਟੂਡੈਂਟ ਨੂੰ ਬੈਨੀਫਿਟ ਕੀ ਮਿਲੇਗਾ ਕਿ ਉਹਨਾਂ ਦੇ ਜਿਹੜੇ ਰਿਜ਼ਲਟਸ ਵੀ ਹੈਗੇ ਆ ਉਹ ਵੀ ਫਾਸਟ ਟਰੈਕ 'ਤੇ ਆਉਣਗੇ। ਮੇਨ ਚੀਜ਼ ਕੀ ਹੈਗੀ ਆ ਕਿ ਹੁਣ ਸਟੂਡੈਂਟ ਬਿਲਕੁਲ ਸੇਫ ਹੈਗਾ ਵਾ, ਟਰਸਟਿਡ ਇੰਸਟੀਟਿਊਟਸ ਹੋ ਗਏ, ਪ੍ਰੋਪਰ ਇਨਟੇਕ ਹੋਏਗਾ, ਪ੍ਰੋਪਰ ਤੁਹਾਡਾ ਕੋਰਸ ਹੋਏਗਾ, ਕੋਈ ਇਹ ਚੀਜ਼ ਨੂੰ ਨਹੀਂ ਕਹਿ ਲਓ ਕਿ ਲਿਮਿਟਿਡ ਸੀਟਸ ਹੋ ਗਈਆਂ। ਇਹ ਨਹੀਂ ਹੋਏਗਾ ਕਿ ਕਿਸੇ ਦਾ ਡੈਫਰ ਹੋ ਗਿਆ ਜਾਂ ਕਿਸੇ ਦਾ ਵੀਜ਼ਾ ਆ ਗਿਆ ਬਟ ਹੁਣ ਸੀਟਸ ਅਵੇਲੇਬਲ ਨਹੀਂ ਹੈਗਾ, ਤਾਂ ਉਹ ਸਾਰਾ ਆਪਣਾ ਜਿਹੜਾ ਸਿਸਟਮ ਹੈਗਾ ਵਾ ਉਹ ਇੱਕ ਸਿਸਟਮੈਟਿਕਲੀ ਕਰ ਰਿਹਾ। ਸੋ ਕੈਨੇਡਾ ਇਸ ਟਾਈਮ ਬਹੁਤ ਹੀ ਵੈਲਕਮ ਮੋਡ ਦੇ ਵਿੱਚ ਹੈਗੀ ਆ ਸਟੂਡੈਂਟਸ ਲਈ, ਈਵਨ ਕਿ ਉਹ ਉੱਥੇ ਵੀ ਵਰਕ ਕਰ ਰਹੀ ਹੈ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ 'ਤੇ ਸਟੂਡੈਂਟਸ ਨੂੰ ਸਫ਼ਰ ਕਰਨਾ ਪਿਆ। ਸੋ ਜਿਹਨਾਂ ਨੇ ਹਾਲੇ ਤੱਕ ਐਪਲੀਕੇਸ਼ਨਸ ਨਹੀਂ ਲਾਈ, ਸਾਡੇ ਟੀਮ ਦੇ ਨਾਲ ਲਿੰਕ ਕਰ ਸਕਦੇ ਹੋ, ਅਸੈਸਮੈਂਟ ਕਰਵਾ ਸਕਦੇ ਹੋ। ਸਭ ਤੋਂ ਮੇਨ ਬੈਨੀਫਿਟ ਕੀ ਹੈਗਾ ਵਾ ਕਿ ਅਗਰ ਤੁਸੀਂ ਕੈਨੇਡਾ ਦੀ ਐਪਲੀਕੇਸ਼ਨ ਸਾਡੇ ਨਾਲ ਲਾਉਂਦੇ ਹਾਂ, ਨਾ ਤਾਂ ਪਹਿਲੇ ਪ੍ਰੋਸੈਸਿੰਗ ਫੀਸ ਲਿੱਤੀ ਜਾਏਗੀ ਨਾ ਵੀਜ਼ੇ ਤੋਂ ਬਾਅਦ। ਸੋ ਬੁੱਕ ਯੂਅਰ ਕਾਲ ਐਟ 9041090410। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਇਨਫੋਰਮੇਸ਼ਨ ਬਾਕੀਆਂ ਤੱਕ ਵੀ ਪਹੁੰਚੇ। ਸਤਿ ਸ਼੍ਰੀ ਅਕਾਲ ਜੀ।